ਕਾਣ ਖਤਰੀ ਵੇ ਜਿਹੜੀ ਲੰਦਨ ਨੂੰ ਮੰਗਾਈ ਐ ਤੇਰੇ ਕੋਲੋਂ ਚੀਜ਼ ਕਿਹੜੀ ਮਾਨ ਨੇ ਲੁਕਾਈ ਐ ਸ਼ਾਮ ਖਤਰੀ ਨੀ ਜਿਹੜੀ ਲੰਦਨ ਨੂੰ ਮੰਗਾਈ ਐ ਕੈਨੇਡਾ ਦੇ ਸ਼ਹਿਰ ਸਰੀ ਚ ਵਸਦੇ ਮੇਰੇ ਪਿਆਰੇ ਦੋਸਤੋ ਮੇਰਾ ਸੁਭਾਗ ਹੈ ਕਿ ਮੇਰੇ ਮਿੱਤਰ ਸੁਰਜੀਤ ਮਾਧੋਪੁਰੀ ਹੋਰਾਂ ਨੇ ਮੈਨੂੰ ਹੁਣੇ ਜਾਣਕਾਰੀ ਦਿੱਤੀ ਹੈ ਕਿ ਸਰਦਾਰ ਗੁਰਦੇਵ ਸਿੰਘ ਮਾਨ ਹੋਰਾਂ ਦੀ ਯਾਦ ਵਿੱਚ ਤੁਸੀਂ ਬਹੁਤ ਵਿਸ਼ਾਲ ਪੱਧਰ 'ਤੇ ਇੱਕ ਸਮਾਗਮ ਕਰਵਾ ਰਹੇ ਹੋ ਅੱਜ ਮਾਨ ਨੇ ਲੰਬੜਦਾਰੀ ਨੀ ਇੱਕੋ ਰੀਤ ਤੋਂ ਵਾਰੀ ਨੀ ਹੁਣ ਕਹੀਂ ਨਾ ਦੂਜੀ ਵਾਰੀ ਜੇ ਦਰਵਾਜ਼ਾ ਹੈ ਨੀ ਤੈਨੂੰ ਕੋਠੀ ਦਿਆਂ ਉਸਾਰ ਜੇ ਦਰਵਾਜ਼ਾ ਹੈ ਨੀ ਮਿੱਤਰੋ ਗੁਰਦੇਵ ਸਿੰਘ ਮਾਨ ਦਾ ਇਹ ਜਨਮ ਸ਼ਤਾਬਦੀ ਸਾਲ ਹੈ 22 ਸਤੰਬਰ 1919 ਨੂੰ ਸਾਡੇ ਇਸ ਵੱਡੇ ਲੇਖਕ ਦਾ ਜਨਮ ਹੋਇਆ ਲਾਲਪੁਰ ਦੇ ਵਿੱਚ ਔਰ ਸਰਦਾਰ ਕਰਤਾਰ ਸਿੰਘ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਔਰ ਮਾਤਾ ਜੀ ਸਰਦਾਰਨੀ ਰਾਏ ਕੌਰ ਜਿਨ੍ਹਾਂ ਦਾ ਦੂਸਰਾ ਨਾਮ ਬਸੰਤ ਕੌਰ ਵੀ ਸੀ ਉਹਨਾਂ ਦੇ ਘਰ ਪੈਦਾ ਹੋਏ ਇਸ ਬੱਗੇ ਸ਼ੇਰ ਨੇ ਜ਼ਿੰਦਗੀ ਦੇ ਵਿੱਚ ਜੇ ਗੀਤ ਲਿਖੇ ਤਾਂ ਬਾਕਮਾਲ ਜੇ ਵਾਰਾਂ ਲਿਖੀਆਂ ਤਾਂ ਬਾਕਮਾਲ ਜੇ ਨਾਟਕ ਲਿਖੇ ਤਾਂ ਬਾਕਮਾਲ ਜੇ ਮਹਾਂਕਾਵਿ ਲਿਖੇ ਤਾਂ ਬਾਕਮਾਲ ਕੋਈ ਸਿਨਫ ਐਸੀ ਨਹੀਂ ਕੋਈ ਰੂਪ ਐਸਾ ਨਹੀਂ ਜਿਸ ਵਿੱਚ ਉਹਨਾਂ ਨੇ ਆਪਣੀ ਮੁਹਾਰਤ ਜਿਹੜੀ ਹੈ ਉਸ ਨੂੰ ਸਿਖਰ 'ਤੇ ਨਾ ਪਹੁੰਚਾਇਆ ਹੋਵੇ ਮੈਨੂੰ ਯਾਦ ਆਉਂਦਾ ਬਹੁਤ ਪੁਰਾਣਾ ਵਕਤ ਜਦੋਂ ਮੈਂ ਲੁਧਿਆਣੇ 'ਚ ਨਵਾਂ ਨਵਾਂ ਆਇਆ ਸੀ 1971 ਦੇ ਵਿੱਚ ਔਰ ਗਿਆਨੀ ਰਾਮ ਨਾਇਕ ਸਿੰਘ ਦਰਦੀ ਹੋਰਾਂ ਦੀ ਹਿੰਮਤ ਸਦਕਾ ਜਿਹੜੇ ਕਵੀ ਦਰਬਾਰ ਹੋਇਆ ਕਰਦੇ ਸੀ ਲੁਧਿਆਣਾ ਦੇ ਵਿੱਚ ਉਹਨਾਂ 'ਚ ਗੁਰਦੇਵ ਸਿੰਘ ਮਾਨ ਕਲਗੀਧਰ ਸਾਹਿਬ ਗੁਰਦੁਆਰਾ ਦੇ ਵਿੱਚ ਅਕਸਰ ਆਇਆ ਕਰਦੇ ਸੀ ਔਰ ਮੈਨੂੰ ਵੀ ਸੁਭਾਗ ਮਿਲਿਆ ਇੱਕ ਵਾਰ ਉਹਨਾਂ ਦੀ ਸੰਗਤ ਵਿੱਚ ਕਵਿਤਾ ਪੜ੍ਹਨ ਦਾ ਸਰਦਾਰ ਗੁਰਦੇਵ ਸਿੰਘ ਮਾਨ ਦੇ ਗੀਤਾਂ ਦਾ ਜ਼ਿਕਰ ਜਦੋਂ ਵੀ ਛਿੜਦਾ ਤਾਂ ਜੱਟੀ ਦੇਸ ਪੰਜਾਬ ਦੀ ਕਿਤਾਬ ਹੋਵੇ ਜਿਹੜੀ ਪਰਸ਼ੀਅਨ ਅੱਖਰਾਂ ਛਪੀ ਜਾਂ ਮਾਨ ਸਰੋਵਰ ਹੋਵੇ ਪੀਂਘਾਂ ਹੋਵੇ ਨਵੇਂ ਗੀਤ ਹੋਵੇ ਫੁੱਲ ਕੱਢ ਦਾ ਫੁਲਕਾਰੀ ਜਾਂ ਜੱਟ ਵਰਗਾ ਯਾਰ ਨਹੀਂ ਥਿਆਉਣਾ ਜੱਟ ਵਰਗਾ ਯਾਰ ਨਹੀਂ ਥਿਆਉਣਾ ਮਾਨ ਤੈਥੋਂ ਜਾਵਾਂ ਸਦਕੇ ਆ ਜਾ ਕੈਂਠੇ ਵਾਲਾ ਬਣ ਕੇ ਪਰਾਉਣਾ ਮਾਨ ਤੈਥੋਂ ਜਾਵਾਂ ਸਦਕੇ ਆ ਜਾ ਕੈਂਠੇ ਵਾਲਾ ਬਣ ਕੇ ਪਰਾਉਣਾ ਮਾਨ ਜਵਾਨੀ ਦਾ ਹੋਵੇ ਜਾਂ ਸਤਸੰਗ ਦੋ ਘੜੀਆਂ ਹੋਵੇ ਮੈਂ ਅੰਗਰੇਜ਼ੀ ਬੋਤਲ ਹੋਵੇ ਜਾਂ ਮਹਾਂਕਾਵਿ ਗੁਰੂ ਤੇਗ ਬਹਾਦਰ ਬੋਲਿਆ ਹੋਵੇ ਅਕਾਲ ਤਖ਼ਤ ਸਾਹਿਬ ਦੀ ਵਾਰ ਤਾਂ ਏਡੀ ਕਮਾਲ ਦੀ ਰਚਨਾ ਆ ਕਿ ਲੂੰਹ ਕੰਢੇ ਖੜ੍ਹੇ ਹੋ ਜਾਂਦੇ ਨੇ ਸੁਣਨਸਾਰ ਸਜਰੇ ਫੁੱਲਾਂ ਦੀ ਮਹਿਕ ਹੋਵੇ ਜਾਂ ਤ੍ਰਿਵੈਣੀ ਹੋਵੇ ਸੂਲ ਸੁਰਾਹੀ ਹੋਵੇ ਜਾਂ ਮਹਾਂਕਾਵਿ ਚੜ੍ਹਿਆ ਸੋਧਣ ਧਰਤ ਲੁਕਾਈ ਹੋਵੇ ਹਰ ਲਿਖਤ ਹੀ ਉਹਨਾਂ ਦੀ ਇੱਕ ਵੱਖਰੀ ਫਲੇਵਰ ਦਿੰਦੀ ਹੈ ਵੱਖਰਾ ਰੰਗ ਦਿੰਦੀ ਹੈ ਲੋਕ ਸੰਪਰਕ ਮਹਿਕਮੇ ਦੇ ਵਿੱਚ ਕੰਮ ਕਰਦੇ ਉਹਨਾਂ ਨੇ ਬੜੇ ਇਕਾਂਗੀ ਨਾਟਕ ਲਿਖੇ ਚਾਨਣ ਲਿਖਿਆ ਰਾਹ ਦੇ ਰੋੜੇ ਲਿਖੀ ਕਿਸਾਨ ਜਾਗਿਆ ਲਿਖਿਆ ਕੱਠ ਲੋਹੇ ਦੀ ਲੱਠ ਲਿਖਿਆ ਸਤਿਗੁਰੂ ਨਾਨਕ ਪ੍ਰਗਟਿਆ ਲਿਖਿਆ ਉਪੇਰਾ ਸੀ ਇਹ ਗੀਤ ਸੰਗ੍ਰਹਿ ਸੀ ਵਿੱਚ ਇਹਦੇ 'ਚ ਰੇਖਾ ਚਿੱਤਰ ਜੇ ਲਿਖੇ ਤਾਂ ਉਹ ਵੀ ਕਮਾਲ ਕੀਤੀ ਜੇ ਇੱਕ ਕਵਿਤਾ ਦੇ ਮਾਹੌਲ ਦੀ ਕਿਤਾਬ ਕਵੀ ਦਰਬਾਰ ਲਿਖੀ ਪੈਰੋਡੀ 'ਚ ਤਾਂ ਕਮਾਲ ਕੀਤੀ ਕਿੰਨਾ ਲੰਮਾ ਸਮਾਂ ਕੌਮੀ ਏਕਤਾ ਮੈਗਜ਼ੀਨ ਦੇ ਵਿੱਚ ਉਹ ਕੁੰਡਾ ਖੋਲ ਬਸੰਤਰੀਏ ਇੱਕ ਕਾਲਮ ਲਿਖਦੇ ਰਹੇ ਰੇਡੀਓ ਰਗੜਸਤਾਨ ਲਿਖਦੇ ਰਹੇ ਹਾਸ ਵਿਅੰਗ ਕਵੀ ਦਰਬਾਰ ਕੀਤਾ ਉਹਨਾਂ ਦੀਆਂ ਲਿਖਤਾਂ ਜਿਹੜੀਆਂ ਸੀ ਉਹ ਸਾਡੇ ਵਾਸਤੇ ਪੰਜਾਬ ਦੇ ਮੁਹਾਂਦਰੇ ਨੂੰ ਵਿਖਾਉਣ ਵਾਲੀਆਂ ਲਿਖਤਾਂ ਸੀ ਜੇ ਬਾਲਕ ਸਿੱਖਿਆ ਤਾਂ ਉਹਨਾਂ ਦਾ ਗੀਤ ਜਿਹੜਾ ਨਰਿੰਦਰ ਬੀਬਾ ਜੀ ਨੇ ਜ਼ਿੰਦਗੀ 'ਚ ਪਹਿਲਾ ਗੀਤ ਰਿਕਾਰਡ ਕਰਾਇਆ ਊੜਾ ਐੜਾ ਏੜੀ ਸੱਸਾ ਹਾ ਹਾ ਊੜਾ ਐੜਾ ਵੇ ਮੈਨੂੰ ਜਾਣ ਦੇ ਸਕੂਲੇ ਇੱਕ ਵਾਰ ਹੜ ਆਵੇ ਊੜਾ ਆੜਾ ਏੜੀ ਸੱਸਾ ਹਾ ਹਾ ਊੜਾ ਆੜਾ ਵੇ ਮੈਨੂੰ ਜਾਣ ਦੇ ਸਕੂਲੇ ਇੱਕ ਵਾਰ ਹੜ ਆਵੇ ਯਾ ਉਹਨਾਂ ਦੇ ਗੀਤ ਬੀਬਾ ਜੀ ਨੇ ਗਾਇਆ ਸੀ ਭਾਵੇਂ ਉਹ ਰਾਤੀ ਸੀ ਉਡੀਕਾਂ ਤੇਰੀਆਂ ਸੁੱਤੇ ਪਲ ਨਾ ਹਿਜ਼ਰ ਦੇ ਮਾਰੇ ਅਰੇ ਮਾਨ ਦਾ ਭੁਲੇਖਾ ਪੈਣ ਤੇ ਚੰਨ ਵੇਖਿਆ ਮੈਂ ਚੜ ਕੇ ਚੁਬਾਰੇ ਵੇ ਰਾਤੀ ਸੀ ਉਡੀਕਾਂ ਤੇਰੀਆਂ ਸੁੱਤੇ ਪਲ ਨਾ ਹਿਜ਼ਰ ਦੇ ਮਾਰੇ ਵੇ ਰਾਤੀ ਸੀ ਉਡੀਕਾਂ ਤੇਰੀਆਂ ਇਸ ਤਰ੍ਹਾਂ ਦੇ ਬੜੇ ਅਨੇਕਾਂ ਗੀਤ ਜਵਾਹ ਹਰਚਰਨ ਗਰੇਵਾਲ ਹੋਰਾਂ ਨੇ ਕਿੰਨੇ ਗੀਤ ਗਾਏ ਉਹਨਾਂ ਦੇ ਜਿਨ੍ਹਾਂ ਦੇ ਮੁਤਾਬਕ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਬੋਲਦਾ ਉਹਨਾਂ ਦੇ ਗੀਤਾਂ ਦੇ ਵਿੱਚ ਮੋਟਰ ਮਿੱਤਰਾਂ ਦੀ ਚੱਲ ਬਰਨਾਲੇ ਚੱਲੀਏ
ਪਾੜਾ ਨਹੀਂ ਲੱਗਣਾ ਤੂੰ ਬੈਠਣ ਦੀ ਕਰ ਬੱਲੀਏ, ਬੈਠਣ ਦੀ ਕਰ ਬੱਲੀਏ ਨੀ ਮੋਟਰ ਮਿੱਤਰਾਂ ਦੀ। ਉੱਤੋ ਬਾਬਾ ਬਾਪੂ ਦੀ ਮੈਂ ਮੁਕਤੀ ਨਹੀਂ ਬਹਿਣਾ ਚੰਦਰ ਡਰੈਵਰ ਨੂੰ, ਚੰਦਰ ਡਰੈਵਰ ਨੂੰ ਮੈਂ ਜੀਜਾ ਨਹੀਂ ਕਹਿਣਾ, ਵੇੜਿਆ ਮੈਂ ਜੀਜਾ ਨਹੀਂ ਕਹਿਣਾ ਤੋਬਾ ਬਾਪੂ ਦੀ। ਗੁਰਦੇਵ ਸਿੰਘ ਮਾਨ ਜ਼ਿੰਦਗੀ ਦਾ ਸ਼ਾਇਰ ਸੀ ਔਰ ਉਹਨਾਂ ਦੀ ਜ਼ਿੰਦਗੀ ਦੀਆਂ ਘਟਨਾਵਾਂ ਜਦੋਂ ਮੈਂ ਸੁਣਦਾ ਪੜ੍ਹਦਾ ਜਾਂ ਕੋਈ ਦੋਸਤ ਸੁਣਾਉਂਦਾ ਤਾਂ ਅੱਖਾਂ ਖੁੱਲ੍ਹਦੀਆਂ ਨੇ ਕਿ ਕਿੱਡਾ ਵੱਡਾ ਉਹਨਾਂ ਦਾ ਵਿਜ਼ਨ ਸੀ, ਦ੍ਰਿਸ਼ਟੀ ਕਿੱਡੀ ਵੱਡੀ ਸੀ। ਮੈਨੂੰ ਉਹਨਾਂ ਦੇ ਪਰਿਵਾਰ ਦੇ ਜੀ ਨੇ ਸਰਦਾਰ ਅਜੀਤ ਸਿੰਘ ਮਾਨ ਜਿਹੜੇ ਇੰਗਲੈਂਡ ਰਹਿੰਦੇ ਨੇ ਉਹਨਾਂ ਦੱਸਿਆ ਕਿ ਦੇਸ਼ ਦੀ ਵੰਡ ਤੋਂ ਬਾਅਦ ਜਦੋਂ ਇਹਨਾਂ ਦਾ ਪਰਿਵਾਰ ਕੱਚੀ ਅਲਾਟਮੈਂਟ 'ਤੇ ਪਿੰਡ ਸਰਾਭਾ ਜਾ ਕੇ ਵੱਸਿਆ ਤਾਂ 1948 ਦੇ ਵਿੱਚ ਸਰਦਾਰ ਗੁਰਦੇਵ ਸਿੰਘ ਮਾਨ ਨੇ ਪਹਿਲੀ ਵਾਰ ਆਜ਼ਾਦ ਭਾਰਤ ਦੇ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਬਰਸੀ ਮਨਾਉਣ ਵਾਸਤੇ ਪਿੰਡ ਦੇ ਨੌਜਵਾਨਾਂ ਦੀ ਸਭਾ ਬਣਾਈ ਔਰ ਉਹੀ ਸਭਾ ਹੁਣ ਤੀਕ ਪਿੰਡ ਦੇ ਵਿੱਚ ਬਹੁਤ ਵੱਡਾ ਟੂਰਨਾਮੈਂਟ ਕਰਦੀ ਹੈ। 3 ਸਾਲ ਉਸ ਪਿੰਡ 'ਚ ਰਹੇ ਔਰ ਜਰਨੈਲ ਸਿੰਘ ਅਰਸ਼ੀ ਜਿਹੜੇ ਸਾਡੇ ਬਹੁਤ ਬੁਲੰਦ ਸ਼ਾਇਰ ਸੀ ਰਸ਼ੀਨ ਪਿੰਡ ਤੋਂ ਉਹਨਾਂ ਦੀ ਇਮਦਾਦ ਦੇ ਨਾਲ ਸੰਘ ਸਾਹਿਤ ਦੇ ਨਾਲ ਉਹਨਾਂ ਨੇ ਉਸ ਸਰਾਭਾ ਪਿੰਡ ਦੀ ਨੌਜਵਾਨ ਸਭਾ ਨੂੰ ਅਗਵਾਈ ਦਿੱਤੀ। ਜੇ ਸਾਡੇ ਲੋਕ ਗਾਇਕ ਜਿਹੜੇ ਹੁਣ ਮੈਂਬਰ ਪਾਰਲੀਮੈਂਟ ਬਣ ਗਏ ਨੇ ਮੁਹੰਮਦ ਸਦੀਕ ਸਾਹਿਬ, ਕਰਨੈਲ ਗਿੱਲ ਹੋਵੇ, ਦੀਦਾਰ ਸੰਧੂ ਹੋਵੇ, ਇਹਨਾਂ ਸਾਰਿਆਂ ਨੂੰ ਵੀ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ ਵਿੱਚ ਭਰਤੀ ਕਰਵਾਉਣ ਵਾਲੇ ਵੀ ਕਰਨ ਵਾਲੇ ਵੀ ਗੁਰਦੇਵ ਸਿੰਘ ਮਾਨ ਹੋ ਰਹੇ ਸੀ। ਮੈਨੂੰ ਸਰਦਾਰ ਤਰਲੋਚਨ ਸਿੰਘ ਮੈਂਬਰ ਪਾਰਲੀਮੈਂਟ ਦੱਸ ਰਹੇ ਸੀ ਕਿ ਪੈਪਸੂ ਦੇ ਮੁੱਖ ਮੰਤਰੀ ਸਰਦਾਰ ਗਿਆਨ ਸਿੰਘ ਰਾੜੇਵਾਲਾ ਗੁਰਦੇਵ ਸਿੰਘ ਮਾਨ ਹੋਰਾਂ ਨਾਲ ਬੜੀ ਮੁਹੱਬਤ ਕਰਦੇ ਸੀ, ਬਹੁਤ ਮੁਹੱਬਤ ਕਰਦੇ ਸੀ। ਉਹ ਭੁੱਲ ਜਾਂਦੇ ਸੀ ਉਸ ਵਕਤ ਕਿ ਮੈਂ ਮੁੱਖ ਮੰਤਰੀ ਹਾਂ ਔਰ ਗੁਰਦੇਵ ਸਿੰਘ ਮਾਨ ਹੋਰਾਂ ਦੀਆਂ ਲਿਖਤਾਂ ਵਿੱਚੋਂ ਖਾਸ ਕਰਕੇ ਅਕਾਲੀ ਫੂਲਾ ਸਿੰਘ ਦੀ ਵਾਰ ਦਾ ਜਦੋਂ ਹਵਾਲਾ ਛੇੜਿਆ ਉਹਨਾਂ ਨੇ ਤਾਂ ਕਿਹਾ ਕਿ ਮਾਨ ਅਕਸਰ ਦੱਸਿਆ ਕਰਦਾ ਸੀ ਕਿ ਬਾਰ ਦੇ ਵਿੱਚ ਜਦੋਂ ਅਸੀਂ ਰਹਿੰਦੇ ਸੀ ਲਾਇਲਪੁਰ ਦੇ ਵਿੱਚ ਰਹਿੰਦੇ ਸੀ ਅਸੀਂ ਤਾਂ ਅਕਸਰ ਗਿਆਨੀ ਕਰਤਾਰ ਸਿੰਘ ਔਰ ਗਿਆਨੀ ਸ਼ੇਰ ਸਿੰਘ ਮੇਰੇ ਕੋਲ ਅਕਸਰ ਆਇਆ ਕਰਦੇ, ਮੈਨੂੰ ਆਖਿਆ ਕਰਦੇ ਕਿ ਤੂੰ ਸਾਨੂੰ ਅਕਾਲੀ ਫੂਲਾ ਸਿੰਘ ਦੀ ਵਾਰ ਸੁਣਾ। ਅਕਾਲੀ ਫੂਲਾ ਸਿੰਘ ਦੀ ਵਾਰ ਸੁਣਨ ਸਾਰ ਉਹਨਾਂ ਨੂੰ ਖੂਨ ਜੁੰਬਿਸ਼ ਖਾ ਜਾਂਦਾ ਅਤੇ ਆਖਦੇ ਰੁਕ ਜਾ ਮਾਨ ਰੁਕ ਜਾ, ਸਾਰੀ ਨਹੀਂ ਸੁਣੀ ਜਾ ਸਕਦੀ। ਇਹ ਆ ਸ਼ਾਇਰੀ ਦਾ ਸਿਖਰ। ਅਸੀਂ ਰਾਜ ਕੈਸਾ ਭੁੱਖੇ ਰਹਿ ਰਹਿ ਕੇ ਸਾਨੂੰ ਚੁੱਪ ਚਾਹ ਪੀਤੀਆਂ ਜਾਣਦੇ ਤੂੰ, ਅਸੀਂ ਛੱਕ ਗਏ ਹਾਂ ਤੈਨੂੰ ਕਹਿ ਕਹਿ ਕੇ। ਮੈਨੂੰ ਗੁਰਦੇਵ ਸਿੰਘ ਮਾਨ ਹੋਰਾਂ ਦੀ ਸੰਗਤ ਵਿੱਚ ਸਰੀ ਦੇ ਵਿੱਚ ਵੀ ਇੱਕ ਵਾਰ ਇਤਫਾਕ ਹੋਇਆ ਜਦੋਂ ਵਿਸ਼ਵ ਪੰਜਾਬੀ ਕਾਨਫਰੰਸ ਹੋਈ ਇੱਥੇ, ਉਸ ਵਿੱਚ ਇੱਥੋਂ ਦੀ ਜਿਹੜੀ ਕੇਂਦਰੀ ਪੰਜਾਬੀ ਲੇਖਕ ਸਭਾ ਮੂਨ ਗਿੱਲ ਦੇ ਇਸਰਾਰ 'ਤੇ ਮੈਂ ਉਸ ਸਮਾਗਮ ਸ਼ਾਮਿਲ ਹੋਇਆ ਜਿੱਥੇ ਮੈਨੂੰ ਸਨਮਾਨਿਤ ਕੀਤਾ ਗਿਆ ਗੁਰਦੇਵ ਸਿੰਘ ਮਾਨ ਜੀ ਦੇ ਹੱਥੋਂ। ਉਦੋਂ ਪ੍ਰਧਾਨ ਸਨ ਉਸ ਸਭਾ ਦੇ, ਇਹ ਸ਼ਾਇਦ 2002 ਜਾਂ 2003 ਦੀ ਗੱਲ ਹੈ। ਉਨੀ ਦਿਨ ਹੀ ਉਹਨਾਂ ਦੀ ਕਿਤਾਬ ਹੀਰ ਰਾਂਝਾ ਜਿਹੜਾ ਉਹਨਾਂ ਨੇ ਕਿੱਸਾ ਲਿਖਿਆ ਉਹ ਛਪ ਕੇ ਆਇਆ ਸੀ ਔਰ ਮੈਨੂੰ ਮਾਣ ਇਸ ਗੱਲ ਦਾ ਕਿ ਮੈਂ ਉਹਨਾਂ ਦਾ ਸੌਂਪਿਆ ਹੋਇਆ ਇੱਕ ਪੈੱਨ ਜਿਹੜਾ ਉਹਨਾਂ ਨੇ ਮੈਨੂੰ ਦਿੱਤਾ ਸਨਮਾਨ ਤੋਂ ਇਲਾਵਾ ਮੇਰੀ ਜੇਬ ਨੂੰ ਲਾਇਆ ਉਹ ਹੁਣ ਤੱਕ ਸੰਭਾਲ ਕੇ ਰੱਖਿਆ ਹੋਇਆ। ਉਹ ਕਿਹੜੀ ਗੱਲਾਂ ਫੜੇ ਉਦਾਸੀ ਪੈ ਗਈ ਮਾਰ ਕੇ ਖੰਡਾ ਨਿਰੁੜ ਪੁੜ ਜਾਣੀ ਦੀਏ, ਮੈਲ ਮੜਾ ਦਾ ਮੁੰਡਾ ਨਿਰੁੜ ਪੁੜ ਜਾਣੀ ਦੀਏ। ਸਾ ਗੁਰਦੇਵ ਸਿੰਘ ਮਾਨ ਬੜੀ ਵੱਡੀ ਹਸਤੀ ਸਨ, ਏਡੀ ਵੱਡੀ ਹਸਤੀ ਸਨ ਕਿ ਉਹ ਸਿਆਸਤਦਾਨਾਂ 'ਚ ਸਿਆਸਤਦਾਨ ਸਨ, ਸ਼ਾਇਰਾਂ 'ਚ ਸ਼ਾਇਰ ਸਨ, ਯੋਜਨਾਕਾਰਾਂ 'ਚ ਯੋਜਨਾਕਾਰ ਸਨ ਔਰ ਸ਼ਾਇਦ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਮਲੇਰਕੋਟਲੇ ਤੋਂ ਇੱਕ ਵਾਰ ਅਸੈਂਬਲੀ ਦੀ ਚੋਣ ਵੀ ਲੜਾਈ। ਇਹ ਕੋਈ ਨਿੱਕੀ ਗੱਲ ਨਹੀਂ, ਭਾਸ਼ਾ ਵਿਭਾਗ ਪੰਜਾਬ ਹੋਵੇ ਜਾਂ ਦੇਸ਼ ਵਿਦੇਸ਼ ਦੀਆਂ ਵੱਡੀਆਂ ਸੰਸਥਾਵਾਂ ਹੋਣ, ਸਾਰੀਆਂ ਨੇ ਗੁਰਦੇਵ ਸਿੰਘ ਮਾਨ ਹੋਰਾਂ ਨੂੰ ਬਹੁਤ ਸਨਮਾਨਿਤ ਕੀਤਾ। ਅਸੀਂ ਤੇਰੇ ਲੱਖੇ ਗੱਭਰੂ ਜਿੰਦ ਦੇਸ਼ ਦੀ ਮਿੱਟੀ ਤੋਂ ਵਾਰੀਏ, ਜਿਹਦੀ ਅਸੀਂ ਬਾਂ ਫੜੀਏ ਫਿਰ ਵਾਰ ਕੇ ਵੀ ਪਾਰ ਉਤਾਰੀਏ, ਨੀ ਇਸ਼ਕ ਦੀ ਤਕੜੀ ਉੱਤੇ ਪੂਰੇ ਮਾਨ ਉਤਰੇ ਨੇ ਤਾਵੇਂ ਤਾਵੇਂ। ਕਦਰਾਂ ਪਿਆਰੇ ਦੀਆਂ ਨੇ ਤੂੰ ਕੀ ਜਾਣੇ ਅਣਜਾਣਾ। ਔਰ ਮੈਨੂੰ ਮਾਣ ਇਸ ਗੱਲ ਦਾ ਕਿਸਾ ਗੁਰਦੇਵ ਸਿੰਘ ਮਾਨ ਹੋਰਾਂ ਨੂੰ ਜਦੋਂ 1995 ਦੇ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਤੇ ਭਾਸ਼ਾ ਵਿਭਾਗ ਨੇ ਰਲ ਕੇ ਸਰਦਾਰ ਲਖਮੀਰ ਸਿੰਘ ਰੰਧਾਵਾ ਉਦੋਂ ਸਿੱਖਿਆ ਮੰਤਰੀ ਸਨ ਉਹਨਾਂ ਦੇ ਬੁਲਾਵੇ 'ਤੇ ਗੁਰੂ ਨਾਨਕ ਕਾਲਜ ਕਾਲਾ ਅਫਗਾਨਾਂ ਦੀ ਸਿਲਵਰ ਜੁਬਲੀ ਸਮਾਗਮ ਦੇ ਵਿੱਚ ਸਨਮਾਨਿਤ ਕੀਤਾ। ਨੇਤਰ ਜੋਤ ਭਾਵੇਂ ਖਤਮ ਹੋ ਚੁੱਕੀ ਸੀ ਉਹਨਾਂ ਦੀ, ਪਰ ਜਦੋਂ ਉਹਨਾਂ ਨੂੰ ਮੰਚ 'ਤੇ ਆਦਰ ਕੀਤਾ ਗਿਆ
ਤਾਂ ਉਹਨਾਂ ਨੇ ਬਹੁਤ ਸਾਰੇ ਪੁਰਾਣੇ ਦੋਸਤ ਜਿਹੜੇ ਸੀ ਆਵਾਜ਼ ਤੋਂ ਪਛਾਣ ਕੇ ਉਹਨਾਂ ਨੂੰ ਉਹਨਾਂ ਦਾ ਹਾਲ ਚਾਲ ਪੁੱਛਿਆ। ਉਹਨਾਂ ਦੀ ਦਿਵ ਦ੍ਰਿਸ਼ਟੀ ਜਿਹੜੀ ਸੀ ਉਹ ਜਾਗ ਚੁੱਕੀ ਸੀ ਔਰ ਮੈਨੂੰ ਮਾਣ ਇਸ ਗੱਲ ਦਾ ਕਿ ਜਦੋਂ ਸਨਮਾਨਿਤ ਹੋ ਰਹੇ ਸੀ ਉਹ ਤਾਂ ਉਸ ਵਕਤ ਹੀ ਮੈਂ ਲਾਊਡ ਸਪੀਕਰ ਵਾਲੇ ਭਾਈ ਨੂੰ ਕਿਹਾ, ਕਾਰਡੀਓ ਕੈਸੇਟ ਮੈਂ ਲੁਧਿਆਣਿਓਂ ਲੈ ਗਿਆ ਸੀ ਕਿਉਂਕਿ ਉਸ ਕਾਲਜ ਦਾ ਮੈਂ ਪੁਰਾਣਾ ਵਿਦਿਆਰਥੀ ਸੀ। ਮੈਂ ਨਰਿੰਦਰ ਬੀਬਾ ਦਾ ਗੀਤ ਉਸਨੂੰ ਕਿਹਾ ਹੁਣ ਪਲੇ ਕਰ। ਗੀਤ ਸੀ ਚਿਰਖੀ ਰੰਗੀਲੀ ਦਾਜ ਦੀ ਮੇਰੇ ਵੀਰ ਨੇ ਵਲੈਤੋਂ ਆਉਂਦੀ, ਸੋਨੇ ਦਾ ਪੋਇਆ ਤੱਕਲਾ ਦੇ ਮੁੰਨਿਆਂ ਦੇ ਮੜੀ ਹੋਈ ਜਾਂਦੀ। ਮਨ ਕੋਲੋਂ ਚਿੱਠੀ ਚ ਉਹ ਲਾਂਬੇ ਮੈਂ ਲਿਖਾਏ ਨੀ, ਬੀਬਾ ਮਾਰ ਚੱਲੀ ਕਰ ਛੇਤੀ ਮੁੜ ਆਏ ਨੀ, ਸੁੰਦਰ ਸੁੰਦਰ ਕਿਉਂ ਦੇ ਤਲੇ ਮਾਂ ਤੇਰੀ ਘਰ ਵਿੱਚ ਵੀਰ ਨੂੰ ਸੁੱਕੀ ਖੰਡ ਪਾਉਂਦੀ, ਨੀ ਚਰ ਕੀ ਰੰਗੀਲੀ ਦਾਜ ਦੀ ਮੇਰੇ ਵੀਰ ਨੇ ਵਲੈ ਤੋਂ ਆਂਦੀ, ਨੀ ਚਰ ਕੀ ਰੰਗੀਲੀ ਦਾਜ ਦੀ। ਕੋਈ ਐਸਾ ਗਾਇਕ ਨਹੀਂ ਜਿਸਨੇ ਗੁਰਦੇਵ ਸਿੰਘ ਮਾਨ ਹੋਰਾਂ ਦੇ ਗੀਤਾਂ ਨੂੰ ਆਪਣਾ ਕੰਠ ਨਾ ਛੁਹਾਇਆ ਹੋਵੇ, ਔਰ ਗੁਰਦੇਵ ਸਿੰਘ ਮਾਨ ਦੀ ਇੱਜ਼ਤ ਅਫਜ਼ਾਈ ਦੇ ਵਿੱਚ ਅੱਜ ਜਦੋਂ ਅਸੀਂ ਜਨਮ ਸ਼ਤਾਬਦੀ ਮੌਕੇ ਉਹਨਾਂ ਦੀ ਯਾਦ ਵਿੱਚ ਸਥਾਪਿਤ ਪੁਰਸਕਾਰ ਡਾਕਟਰ ਬਲਵੰਤ ਸਿੰਘ ਸੰਘੇੜਾ ਹੋਰਾਂ ਦੇ ਰਹੇ ਹਾਂ ਤਾਂ ਮੈਂ ਸਮਝਦਾ ਕਿ ਆਪਣੇ ਆਪ ਦੇ ਵਿੱਚ ਹੀ ਇੱਕ ਕਮਾਲ ਹੈ, ਕਿਉਂਕਿ ਜਿੰਨੀ ਪੰਜਾਬੀ ਭਾਸ਼ਾ ਦੀ ਸੇਵਾ ਪ੍ਰਦੇਸ਼ਾਂ ਦੇ ਵਿੱਚ ਖਾਸ ਕਰ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਾਕਟਰ ਬਲਵੰਤ ਸਿੰਘ ਸੰਘੇੜਾ ਹੋਰਾਂ ਨੇ ਕੀਤੀ ਹੈ ਉਹ ਵੀ ਆਪਣੇ ਆਪ ਦੀ ਮਿਸਾਲ ਹੈ। ਪਿਛਲੀ ਵਾਰ ਤੁਸੀਂ ਮੇਰੇ ਬਹੁਤ ਪਿਆਰੇ ਮਿੱਤਰ ਔਰ ਵੱਡੇ ਵੀਰ ਸਤਿ ਸੁੱਚਾ ਸਿੰਘ ਕਲੇਰ ਹੋਰਾਂ ਸਨਮਾਨਿਤ ਕੀਤਾ, ਕਮਾਲ ਕੀਤੀ। ਜੇ ਤੂੰ ਮੇਰੀ ਹੀਰ ਬਣ ਜਾਏ ਲਿਖੂ ਮਾਨ ਸਾਡੀ ਪ੍ਰੇਮ ਕਹਾਣੀ ਨੀ, ਮਿੱਤਰਾਂ ਦੀ ਲੂਣ ਦੀ ਡਲੀ ਨੀ ਤੂੰ ਮਿਸ਼ਰੀ ਬਰੋਬਰ ਜਾਣੀ ਨੀ, ਸੱਜਣਾ ਦੀ ਗੜਵੀ ਦਾ ਮਿੱਠਾ ਸ਼ਰਬਤ ਵਰਗਾ ਪਾਣੀ ਨੀ, ਮਿੱਤਰਾਂ ਦੀ ਲੂਣ ਦੀ ਡਲੀ। ਮੈਂ ਤੇ ਇੱਕੋ ਅਰਦਾਸ ਕਰਾਂਗਾ ਕਿ ਪੂਰਾ ਵਿਸ਼ਵ ਗੁਰਦੇਵ ਸਿੰਘ ਮਾਨ ਹੋਰਾਂ ਦੀ ਜਨਮ ਸ਼ਤਾਬਦੀ ਨੂੰ ਮਨਾਵੇ। ਅਸੀਂ ਪਿਛਲੇ ਦਿਨੀ ਝੁੰਦਾ ਪਿੰਡ ਦੇ ਵਿੱਚ ਹਰਿੰਦਰ ਸਿੰਘ ਮਹਿਬੂਬ ਯਾਦਗਾਰੀ ਲਾਇਬ੍ਰੇਰੀ ਵਿੱਚ ਉਹਨਾਂ ਦੇ ਆਦਰ ਮਾਣ ਦੇ ਵਿੱਚ ਇੱਕ ਸਮਾਗਮ ਕੀਤਾ ਸੀ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਵੀ ਅਸੀਂ ਉਹਨਾਂ ਦੀ ਯਾਦ ਵਿੱਚ ਇੱਕ ਸਮਾਗਮ ਕੀਤਾ। ਉਹਨਾਂ ਦੇ ਗੀਤਾਂ ਨੂੰ ਬਹੁਤ ਸਾਰੇ ਦੋਸਤਾਂ ਨੇ ਗਾਇਆ ਸੁਣਾਇਆ। ਇਹ ਸਾਰੀਆਂ ਗੱਲਾਂ ਜਿਹੜੀਆਂ ਤਾਂ ਸੰਭਵ ਹੁੰਦੀਆਂ ਨੇ ਜੇ ਕਿਸੇ ਵੱਡੇ ਬੰਦੇ ਨੇ ਵੱਡੀਆਂ ਗੱਲਾਂ ਕਰਕੇ ਸੰਸਾਰ ਤੇ ਆਗਿਆ ਹੋਵੇ। ਹਾਏ ਨੀ ਤੇਰਾ ਬੜਾ ਕਰਾਹਰਾ ਪੂਦਨਾ ਹਾਂ, ਤੇਰਾ ਬਾਗੀ ਰਹਿੰਦਾ ਹੈ ਪੂਦਨਾ ਹਾਂ, ਤੇਰੇ ਦਿਲ ਦੀਆਂ ਕਹਿੰਦਾ ਹੈ ਪੂਦਨਾ ਨੀ ਪੂਦਨਾ ਨੀ ਪੂਦਨਾ ਨੀ ਪੂਦਨਾ ਨੀ ਪੂਦਨਾ। ਉਹ ਹਾਏ ਵੀ ਮੇਰਾ ਬੜਾ ਕਰਾਰਾ, ਉਹ ਮੇਰਾ ਬੜਾ ਕਰਾਰਾ ਪੂਦਨਾ ਹਾਂ, ਉਹ ਮੇਰਾ ਬਾਗੀ ਰਹਿੰਦਾ ਹੈ ਪੂਦਨਾ, ਮੇਰੇ ਦਿਲ ਦੀਆਂ ਕਹਿੰਦਾ ਪੂਦਨਾ। ਗੁਰਦੇਵ ਸਿੰਘ ਮਾਨ ਹੋਰਾਂ ਦੀ ਯਾਦ ਵਿੱਚ ਸਿਰ ਚੁਕਾਉਂਦਾ ਹੋਇਆ ਪਰਿਵਾਰ ਨੂੰ ਰਿਕੁਐਸਟ ਕਰਾਂਗਾ ਕਿ ਜਿੱਥੇ ਉਹਨਾਂ ਦੀ ਸਾਰੀ ਵਿਰਾਸਤ ਦੇ ਤੁਸੀਂ ਸਵਾਮੀ ਹੋ, ਤੁਸੀਂ ਉਹਨਾਂ ਦੀਆਂ ਪੁਸਤਕਾਂ ਨੂੰ ਰੀਪ੍ਰਿੰਟ ਲਾਜ਼ਮੀ ਕਰਵਾਓ, ਕਿਉਂਕਿ ਅੱਜ ਉਹਨਾਂ ਦੀਆਂ ਕਿਤਾਬਾਂ ਸਾਰੀਆਂ ਨਾ ਮਿਲਣ ਕਰਕੇ ਜਿਹੜੇ ਖੋਜੀ ਵਿਦਵਾਨ ਨੇ ਉਹਨਾਂ ਵਾਸਤੇ ਉਹ ਕਿਤਾਬਾਂ ਅੱਖੋਂ ਦੂਰ ਹੋ ਗਈਆਂ ਨੇ। ਸੋ ਅਸੀਂ ਅੱਜ ਇਹ ਪ੍ਰਣ ਕਰੀਏ ਕਿ ਗੁਰਦੇਵ ਸਿੰਘ ਮਾਨ ਹੋਰਾਂ ਨੂੰ ਚੇਤੇ ਕਰਨ ਵਾਸਤੇ ਉਹਨਾਂ ਦੀਆਂ ਪੁਸਤਕਾਂ, ਖਾਸ ਕਰਕੇ ਉਹ ਕਿਤਾਬਾਂ 'ਚ ਜਿਉਂਦੇ ਰਹਿੰਦੇ ਨੇ, ਹਮੇਸ਼ਾ ਹੀ ਸਾਹ ਸਵਾਸ ਕਿਤਾਬਾਂ 'ਚ ਲੈਂਦੇ ਸੀ, ਉਹਨਾਂ ਦੀਆਂ ਕਿਤਾਬਾਂ ਨੂੰ ਰੀਪ੍ਰਿੰਟ ਕਰੀਏ। ਔਰ ਪ੍ਰਬੰਧਕਾਂ ਨੂੰ ਮੈਂ ਗੁਜ਼ਾਰਿਸ਼ ਕਰਾਂਗਾ ਕਿ ਤੁਸੀਂ ਇਸ ਵਾਸਤੇ ਜਿੰਨੀ ਵੀ ਸੇਵਾ ਸਾਨੂੰ ਲਾਓ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਵਰਤਮਾਨ ਪ੍ਰਧਾਨ ਜੀ ਪ੍ਰੋਫੈਸਰ ਰਵਿੰਦਰ ਪਠਲੋਰਾ ਵੱਲੋਂ ਵੀ ਇਹੀ ਸੁਣਿਆ, ਮੈਂ ਆਪਣੇ ਵੱਲੋਂ ਵੀ ਇਹੀ ਰਿਕੁਐਸਟ ਕਰਦਾ ਕਿ ਜਿਹੜਾ ਕੰਮ ਅਸੀਂ ਕਰਨ ਦੇ ਕਾਬਲ ਹਾਂ ਉਸ ਦੀ ਜ਼ਿੰਮੇਵਾਰੀ ਸਾਡੀ ਲਾਓ। ਅਸੀਂ ਹਰ ਸੂਰਤ ਦੇ ਵਿੱਚ ਗੁਰਦੇਵ ਸਿੰਘ ਮਾਨ ਹੋਰਾਂ ਦੀ ਯਾਦ ਨੂੰ ਸਮਰਪਿਤ ਹੋ ਕੇ ਉਸ ਕਾਰਜ ਨੂੰ ਖੁਸ਼ੀ ਨਾਲ ਨਿਭਾਵਾਂਗੇ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ ਮਾਧਪੁਰੀ ਸਾਹਿਬ ਇਹ ਮੌਕਾ ਦੇਣ ਲਈ ਕਿ ਮੈਂ ਕੁਛ ਗੱਲਾਂ ਆਪ ਸਰੀਰਕ ਰੂਪ 'ਚ ਹਾਜ਼ਰ ਨਾ ਹੋ ਕੇ ਵੀ ਸੰਗਤ ਨਾਲ ਸਾਂਝੀਆਂ ਕਰ ਸਕਿਆ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।